ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਨੇ ਅਤੇ ਇੱਕ ਅਜਿਹੇ ਮਾਮਲਾ ਬਟਾਲਾ ਦੇ ਡੇਰਾ ਰੋਡ 'ਤੇ ਵਾਪਰਿਆ ਜਿੱਥੇ ਐਕਟਿਵਾ 'ਤੇ ਆਏ 3 ਨੌਜਵਾਨਾਂ ਦੇ ਵਿੱਚੋਂ 2 ਨੌਜਵਾਨ ਇੱਕ ਕਰਿਆਨਾ ਸਟੋਰ 'ਤੇ ਕੋਲਡ ਡਰਿੰਕ ਲੈਣ ਦੇ ਬਹਾਨੇ ਜਾਂਦੇ ਨੇ। ਦੁਕਾਨ ਮਾਲਕ ਨੂੰ ਪਿਸਤੌਲ ਦਿਖਾ ਕੇ ਉਸਦੇ ਕੋਲੋਂ 5,000 ਦੀ ਨਗਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਉੱਥੇ ਹੀ ਇਹ ਵਾਰਦਾਤ CCTV ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਅਰੋੜਾ ਕਰਿਆਨਾ ਸਟੋਰ ਮਾਲਕ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰ ਰਹੇ ਸਨ ਅਤੇ ਨੌਜਵਾਨ ਕੋਲਡ ਡਰਿੰਕ ਲੈਣ ਦੇ ਬਹਾਨੇ ਅੰਦਰ ਆ ਵੜੇ। ਉਹਨਾਂ ਕਿਹਾ ਕਿ ਉਹਨਾਂ ਨੇ ਉਸਦੇ ਮੂੰਹ 'ਤੇ ਪਿਸਤੌਲ ਰੱਖ ਕੇ ਪਿਸਤੌਲ ਦਿਖਾ ਕੇ ਪੈਸੇ ਕੱਢਣ ਨੂੰ ਕਿਹਾ। ਮੈਂ ਡਰਦੇ ਮਾਰੇ ਉਸਨੇ ਕਿਹਾ ਸਾਰੇ ਪੈਸੇ ਉਹਨਾਂ ਨੂੰ ਦੇ ਦਿੱਤੇ। ਸੇਲ ਦਾ ਅੰਦਾਜ਼ਨ 5,000 ਰੁਪਏ ਤੋਂ ਵੀ ਵੱਧ ਦੀ ਰਾਸ਼ੀ ਸੀ ਜੋ ਉਹਨਾਂ ਨੂੰ ਉਸਨੇ ਫੜਾ ਦਿੱਤੀ। ਤਾਂ ਉਹਨਾਂ ਕਿਹਾ ਕਿ ਉਸ ਤੋਂ ਬਾਅਦ ਉਹ ਦੋਵੇਂ ਨੌਜਵਾਨ ਉਸਨੂੰ ਧੱਕਾ ਮਾਰ ਕੇ ਸੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸਦੇ ਵੱਲੋਂ ਰੌਲਾ ਪਾਇਆ ਗਿਆ ਤਾਂ ਲਾਗੇ ਦੁਕਾਨਦਾਰਾਂ ਨੇ ਵੀ ਉਸਦਾ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆ ਸਕੇ, ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ। ਮੇਰਾ ਮਨੋਜ ਅਰੋੜਾ ਜੀ। ਕੀ ਘਟਨਾ ਹੋਈ ਤੇ ਕਿੰਨੇ ਵਜੇ ਘਟਨਾ ਹੋਈ? ਇਹ 9:15 ਦਾ ਟਾਈਮ ਜੀ। ਕੀ ਘਟਨਾ ਹੋਈ? ਬਸ ਇਹੀ ਆਏ ਨੇ ਅਤੇ ਉਹਨਾਂ ਨੇ ਕੋਲਡ ਡਰਿੰਕ ਮੰਗੀ। ਮੈਂ ਕੋਲਡ ਡਰਿੰਕ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ, ਰੋਲ ਉਹਨਾਂ ਦੇ ਹੱਥ 'ਚ ਸੀ ਅਤੇ ਇੱਕ ਜਣਾ ਬਾਹਰ ਖਲੋਤਾ ਸੀ, 2 ਜਣੇ ਅੰਦਰ ਆ ਗਏ। ਬਸ ਉਹਨੂੰ ਜੋ ਹੈਗਾ ਦੇ ਦਿਓ। ਕਿੰਨੇ ਜਣੇ ਹੈਗੇ ਅੰਦਰ? 2 ਜਣੇ ਆਏ ਨੇ। ਅੱਛਾ ਜੀ। ਇੱਕ ਇਹਨਾਂ ਮੋਟਰਸਾਈਕਲ 'ਤੇ ਸਕੂਟੀ 'ਤੇ ਸੀ, ਸਕੂਟੀ ਸੀ ਮੈਂ ਖਾਲ, ਇੱਕ ਸਕੂਟੀ ਸਟਾਰਟ ਰੱਖੀ ਤੀ। ਦੋ ਵਹੀਕਲ ਸੀ ਇਹਨਾਂ ਦੇ? ਹਾਂਜੀ, ਨਹੀਂ ਇੱਕ ਇੱਕੋ 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 ਤੇ ਗਏ ਤੇ। ਕਿੰਨਾ ਕੈਸ਼ ਲੱਗੇ? ਮੇਰੇ ਕੋਲ 5,000 ਹੈਗਾ ਸੀ ਜਿਹੜਾ ਲੈ ਗਿਆ ਆਪਣੇ ਜੀ। ਹਾਂਜੀ, ਹਾਂ ਰੋਲਵਰ ਸੀ, ਇਹ ਨਹੀਂ ਅਸਲੀ ਕਿ ਨਕਲੀ ਸੀ ਇਹ ਨਹੀਂ ਪਤਾ। ਕਿੱਦਾਂ ਦੇ ਹੋਲੀ ਸੀ ਉਹਨਾਂ ਦੇ ਮੁੰਡਿਆਂ? ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤਾਂ ਮੇਰੇ ਗਿੱਡਾ ਸੀ ਆਣ ਬਾਣ, ਅਤੇ ਇੱਕ ਉੱਚਾ ਲੰਬਾ ਸੀ ਉਹਨੇ ਉਹਨੇ ਲੋਈ ਲਈ ਤੀ। ਉਹਦੇ ਕੋਲ ਪਤਾ ਕੀ ਚੀਜ਼ ਹੈਗੀ, ਹੈਗਾ ਸੀ ਕੁਛ ਉਹਦੇ ਕੋਲ, 9:15 ਹਾਂ। ਇੱਥੇ ਹੁਣ ਡੱਕ ਕੇ ਦੇਖਣੀ ਪੈਣੀ। ਹਾਂਜੀ, ਨਾਮ ਕੀ ਤੁਹਾਡਾ? ਮਨੋਜ ਅਰੋੜਾ। ਅਰੋੜਾ ਕਹਿਣ ਦਾ ਸਟੋਰ ਚੱਲਦਾ ਇੱਥੇ ਨਾ। ਹਾਂਜੀ, ਕੱਲ੍ਹ ਜੀ ਇੱਥੇ ਨਾ ਆਪਣਾ 3 ਜਣੇ ਆਏ ਆ ਐਕਟਿਵਾ 'ਤੇ, ਅਤੇ ਰਾਤ ਨੂੰ ਆਪਣਾ 9:15 ਦਾ ਟਾਈਮ ਹੈਗਾ ਵਾ, ਅਤੇ ਉੱਥੇ ਵਾਰਦਾਤ ਕਰ ਗਿਆ ਆਪਾਂ ਗਨ ਪੁਆਇੰਟ 'ਤੇ, ਅਤੇ 5,000 ਰੁਪਇਆ ਇਹ ਲੈ ਗਏ ਆ, ਅਤੇ ਬਾਕੀ ਆਪਾਂ CCTV ਕੈਮਰੇ ਵੇਖ ਰਹੇ ਹਾਂ ਅਤੇ ਇਨਵੈਸਟੀਗੇਸ਼ਨ ਚੱਲਦੀ ਪਈ, ਜੋ ਵੀ ਆਊਗਾ ਸਾਹਮਣੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਹ ਵੈਰੀਫਾਈ ਕਰ ਰਹੇ ਹਾਂ, ਜੋ ਹੋਊਗਾ ਆਪਾਂ ਕਾਰਵਾਈ ਚਲਾ ਕੇ।